ਪਿਛਲੇ ਸਾਲ 16 ਮਾਰਚ 2022 ਨੂੰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੌਂ ਚੁੱਕੀ ਸੀ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਹੁਣ ਇੱਕ ਵੱਖਰੀ ਸਰਕਾਰ ਪੰਜਾਬ ਦੇ ਲੋਕ ਦੇਖਣਗੇ ਜੋ ਆਮ ਲੋਕਾਂ ਦੀ ਸਰਕਾਰ ਹੋਏਗੀ ਤੇ ਇੱਕ ਸਰਕਾਰ ਦੇ ਵਿੱਚ ਇੱਕ ਸਾਲ ਦੇ ਵਿੱਚ ਕਹਿੰਦੇ ਸਰਕਾਰ ਨੇ ਕਈ ਕਈ ਅਹਿਮ ਫੈਸਲੇ ਲਏ ਨੇ ਮੁੱਖ ਮੰਤਰੀ ਨੇ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਤੇ ਇੱਕ ਸਾਲ ਪੰਜਾਬ ਦੇ ਨਾਲ ਦਾ ਨਾਰਾ ਵੀ ਦਿੱਤਾ ਆਪਣੇ ਕੰਮਾਂ ਦਾ ਬਿਉਰਾ ਦਿੰਦਿਆਂ ਉਹਨਾਂ ਨੇ ਕਿਹਾ ਕਿ 1 ਸਾਲ ਦੇ ਵਿੱਚ ਸੀ 26797 ਨੌਕਰੀਆਂ ਦਿੱਤੀਆਂ ਨੇ ਪੱਕੀਆਂ ਨੌਕਰੀਆਂ 1 ਜੁਲਾਈ 2022 ਨੂੰ ਸੀ ਮੁਫਤ ਬਿਜਲੀ ਦੀ ਸਹੂਲਤ ਦੇ ਦਿੱਤੀ ਸੀ 87 ਫੀਸਦੀ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ 14000 ਐਜੂਕੇਸ਼ਨ ਵਿਭਾਗ ਤੇ ਵੱਖ-ਵੱਖ ਵਿਭਾਗਾਂ ਵਿੱਚ ਵੀ 14000 ਹੋਰ ਮੁਲਾਜ਼ਮ ਪੱਕੇ ਕਰਨ ਦਾ ਸੀ ਫੈਸਲਾ ਲਿਆ ਮੂੰਗੀ ਤੇ ਕਹਿੰਦੇ ਸੀ ਐਮਐਸਪੀ ਦਿੱਤੀ ਝੋਨੇ ਦੀ ਬਜਾਈ ਸਿੱਧੀ ਕਰਨ ਤੇ ਮੁਆਵਜ਼ਾ ਦਿੱਤਾ 12 ਲੱਖ ਲੋਕਾਂ ਨੇ ਮੋਹੱਲਾ ਕਲੀਨਿਕਾਂ ਤੋਂ ਇਲਾਜ ਕਰਵਾ ਲਿਆ ਹੈ ਹੁਣ ਤੱਕ 500 ਕਲੀਨਿਕ ਅਸੀਂ ਖੋਲੇ ਨੇ ਮਜ਼ਦੂਰਾਂ ਦੀ ਦਿਹਾ ਅਸੀਂ ਵਧਾ ਦੱਤੀ ਹੈ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਵਿੱਚ ਅਸੀਂ ਚਲਾਨ ਪੇਸ਼ ਕੀਤਾ ਹੈ ਕੋਟਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਵੀ ਕਹਿੰਦੇ 7000 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ ਇਸ ਮੌਕੇ ਮੁੱਖ ਮੰਤਰੀ ਨੇ ਵਿਦੇਸ਼ੀਆਂ ਦਾ ਫੇਰ ਸਾਥ ਮੰਗਿਆ ਨਾਲ ਹੀ ਕਹਿੰਦੇ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਹੁਣ ਦੂਸਰਾ ਸਾਲ ਚੜ ਗਿਆ ਤੇ ਅਸੀਂ ਤਰੱਕੀ ਦਾ ਦੂਜਾ ਗੇਅਰ ਪਾਵਾਂਗੇ ਐਸ ਵਕਤ ਜਿਹੜੀ ਸਰਕਾਰ ਹੈ ਉਹ ਪੰਜਾਬੀਆਂ ਦੀ ਸਰਕਾਰ ਹੈ ਆਪਣੀ ਸਰਕਾਰ ਹੈ ਸੋ ਤੁਸੀਂ ਸਾਰੇ ਆਓ ਸਾਡਾ ਸਾਥ ਦਿਓ ਅਗਲਾ ਵਾਰਾ ਜਿਹੜਾ ਆਪਾਂ ਹੋਰ ਵੀ ਉੱਪਰ ਲੈ ਕੇ ਜਾਣਾ ਆਮ ਤੌਰ ਤੇ ਸਰਕਾਰਾਂ ਜਿਹੜੀਆਂ ਨੇ ਜੋ ਕੰਮ ਆਖਰੀ 6 ਮਹੀਨੇ ਚ ਕਰਦੀਆਂ ਨੇ ਅਸੀਂ ਪਹਿਲੇ 6 ਮਹੀਨੇ ਚ ਉਹ ਕਰਤਾ ਸਾਡਾ ਮਕਸਦ ਨੈਕਸਟ ਗਵਰਨਮੈਂਟ ਨਹੀਂ ਸਾਡਾ ਮਕਸਦ ਨੈਕਸਟ ਜਨਰੇਸ਼ਨ ਹੈ ਇਹ ਤਾਂ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੱਲ ਵੱਡੇ ਜਿਹੜੇ ਅਹੁਦਿਆਂ ਤੇ ਬੈਠੇ ਨੇ ਉਹਨਾਂ ਦੀ ਗੱਲ ਜ਼ਾਹਿਰ ਤੌਰ ਤੇ ਹਰ ਪਾਰਟੀ ਦਾ ਲੀਡਰ ਆਪਣੀ ਪਾਰਟੀ ਦੇ ਕਿਤੇ ਚੰਗੇ ਮਾੜੇ ਕੰਮਾਂ ਨੂੰ ਚੰਗੇ ਹੀ ਦੱਸਦਾ ਹੈ ਵੜਿਆਉਂਦਾ ਹੀ ਹੈ ਤੇ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਹਮੇਸ਼ਾ ਨੁਕਤਾਚੀ ਨਹੀਂ ਕਰਦੀਆਂ ਨੇ ਬੀਜੇਪੀ ਪੰਜਾਬ ਦੇ ਪ੍ਰਧਾਨ ਅਸ਼ਨੀਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਦੇ ਨਾਲ ప్రతి ਮਹੀਨਾ 1000 ਰੁਪਏ ਦੇਣ ਦੇ ਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੋਖਾ ਕੀਤਾ ਹੈ ਕਿਸਾਨਾਂ ਦੇ ਨਾਲ ਵੀ ਕਹਿੰਦੇ ਧੋਖਾ ਕੀਤਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਵਿਰੋਧੀ ਤਾਕਤਾਂ ਅੱਜ ਕਹਿੰਦੇ ਸਿਰ ਚੁੱਕ ਰਹੀਆਂ ਨੇ ਸਰਕਾਰ ਪੰਜਾਬ ਚ ਕਾਨੂੰਨ ਵਿਵਸਥਾ ਸਾਹਮਣ ਚ ناکਾਮ ਹੋਈ ਹੈ ਬਿਜਲੀ ਮੈਕਮੇ ਨੂੰ ਸਰਕਾਰ ਨੇ ਕੰਗਾਲ ਕਰ ਦਿੱਤਾ ਹੈ ਤੇ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਲਈ ਸਰਕਾਰ ਕਰਜ਼ਾ ਲੈ ਰਹੀ ਹੈ ਤਾਂ ਫਿਰ ਵਿਕਾਸ ਕਿੱਥੋਂ ਹੋਇਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਦਿੱਤੀ ਸੀ ਪਰ ਬੜੀ ਸ਼ਰਮ ਦੀ ਗੱਲ ਹੈ ਕਿ 1 ਸਾਲ ਪੂਰਾ ਹੋ ਜਾਣ ਤੇ ਵੀ ਔਰਤਾਂ ਨੂੰ 1 ਰੁਪਿਆ ਵੀ ਨਹੀਂ ਦਿੱਤਾ ਗਿਆ ਸਖਤ ਵਿਰੋਧ ਕਰਨ ਦੇ ਲਈ ਕਹਿੰਦੇ ਮੈਂ 22 ਤਰੀਕ ਨੂੰ 22 ਮਾਰਚ ਨੂੰ 10 ਵਜੇ ਵਿਧਾਨ ਸਭਾ ਦਾ ਕਿਰਾਓ ਕਰਨ ਦੇ ਲਈ ਪੰਜਾਬ ਦੀਆਂ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਸੱਦਾ ਦਿੰਦਾ ਹਾਂ ਅਸੀਂ ਰਲ ਕੇ ਪੰਜਾਬ ਦੀਆਂ ਔਰਤਾਂ ਦੀ ਆਵਾਜ਼ ਬੁਲੰਦ ਕਰਾਂਗੇ ਔਰ ਬਹੁਤ ਵੱਡੀ ਜਿਹੜੀ ਡਿਮਾਂਡ ਸੀ ਲੋਕਾਂ ਦੀ ਔਰ ਬਹੁਤ ਵੱਡਾ ਵਾਦਾ ਸੀ ਇਨਕਲਾਬੀ ਵਾਦਾ 1000 ਰੁਪਿਆ ਮੇਰੀਆਂ ਮਾਵਾਂ ਤੇ ਭੈਣਾਂ ਨੂੰ ਦੇਣ ਦਾ ਵਾਦਾ ਸੀ ਕਿ ਹਰੇਕ ਔਰਤ ਨੂੰ 18 ਸਾਲ ਦੇ ਜਿਹੜੀ ਉਮਰ ਵੱਧ ਹੈ ਉਹਨੂੰ 1000 ਮਿਲਿਆ ਕਰੇਗਾ ਲੇਕਿਨ ਉਹ ਵਾਦਾ ਪੂਰਾ ਨਹੀਂ ਕੀਤਾ 1 ਸਾਲ ਬੀਤ ਗਿਆ ਯਾਨੀ ਕਿ 365 ਦਿਨ ਚਲੇ ਗਏ ਤਾਂ ਕਾਂਗਰਸ ਪਾਰਟੀ ਨੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਠੀਕ 22 ਤਰੀਕ ਨੂੰ ਠੀਕ 10 ਵਜੇ ਅਸੀਂ ਸਾਰਿਆਂ ਨੇ ਰਲ ਕੇ ਸਾਰੇ ਅਸੀਂ तमाम ਮੇਰੀਆਂ ਭੈਣਾਂ ਨੂੰ ਚੰਡੀਗੜ੍ਹ ਚ ਸੱਦਾਂਗੇ ਤੇ ਫਿਰ ਇੱਕ ਪ੍ਰਦਰਸ਼ਨ ਯਾਨੀ ਕਿ ਵਿਧਾਨ ਸਭਾ ਦਾ ਘਰਾਓ ਹੋਏਗਾ ਜਿਹਦੇ ਵਿੱਚ ਮੰਗ ਹੋਏਗੀ ਕਿ ਸਾਡੀਆਂ ਭੈਣਾਂ ਦੇ ਜਿਹੜੇ ਹੱਕ ਹੈ ਉਹ ਪੂਰੇ ਕਰੋ ਯਾਨੀ ਕਿ 1000 ਰੁਪਏ ਦਾ ਵਾਅਦਾ ਪੂਰਾ ਕਰੋ 2500 ਰੁਪਿਆ ਤੁਸੀਂ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਰੋ ਤੇ ਜਿਹੜੇ ਨੀਲੇ ਕਾਰਡ ਕੱਟੇ ਗਏ ਹੈ ਉਹਨਾਂ तमाम ਚੀਜ਼ਾਂ ਦੀ ਅਸੀਂ ਲੜਾਈ ਲੜਨੀ ਹੈ ਸੋ